ਸੋ ਸਿੱਘਾ ਮੇਰੇ ਸਾਰੇ ਦੋਸਤੋ ਅ ਅੱਜ ਆਪਾਂ ਲੈ ਕੇ ਆਏ ਹਾਂਗੇ ਹਿਸਟਰੀ ਦਾ ਸ਼ੇਮਾ ਲੈਕਚਰ ਤੇ ਸੋਮਵਾਰ ਤੋਂ ਪਹਿਲਾ ਪਹਿਲਾਂ ਆਪਾਂ ਇਹ ਨਿਵੇੜ ਦੇਣਾਗਾ ਅੱਜ ਆਪਾਂ ਕਰ ਰਹੇ ਹਾਂ ਗੁਫਤਾਂਸ਼ ਕਲਾ ਇਸ ਤੋਂ ਬਾਅਦ ਆਪਾਂ ਗੁਲਾਬਾਂਚ ਤੇ ਮੁਗਲ ਇਹ ਦੋ ਤਿੰਨ ਇਕੱਠੇ ਇੱਕ ਵੀਡੀਓ ਦੇ ਵਿੱਚ ਕਰ ਦਾਂਗੇ ਆਪਾਂ ਤੇ ਬਿਲਕੁਲ ਐਂਡ ਤੱਕ ਮੁਕਾ ਦਾਂਗੇ ਬਸ ਕਹਿੰਦਾ ਮਤਲਬ ਕਿ ਆਪਾਂ ਸੋਮਵਾਰ ਨੂੰ ਸਾਰਾ ਸਿਲੇਬਸ ਕੰਪਲੀਟ ਹੋ ਜਾਊਗਾ ਪ੍ਰਾਚਨ ਹਿਸਟਰੀ ਦਾ ਤੇ ਆਪਣਾ ਦੂਸਰਾ ਕੀ ਲੈਣੇ ਹੁੰਦੇ ਆ ਗਾਂਧੀ ਯੁੱਗ ਇਸ ਤੋਂ ਬਾਅਦ ਮੈਂ ਤੁਹਾਨੂੰ ਉਹ ਇੱਕ ਦੋ ਦਿਨਾਂ ਬੱਚਾ ਆਪਾਂ ਸ਼ਡਿਊਲ ਬਣਾਵਾਂਗੇ ਤਾਂ ਮੈਂ ਇਹਦੇ ਐਮ ਐਸ ਕਿਊ ਦੇਆ ਕਰੂੰਗਾ ਕਿ ਟੋਕ ਕਰ ਤੁਹਾਨੂੰ ਮੈਂ 20 30 ਐਮ ਐਸ ਕਿਊ ਦਾ ਪੀ ਡੀਐਫ ਤੇ ਵੀਡੀਓ ਬਣਾ ਕੇ ਦੇ ਦਿਆ ਕਰੂੰਗਾ ਤੁਸੀਂ ਰਿਵੀਜ਼ਨ ਕਰਨ ਵਾਸਤੇ ਕਿ ਟੈਸਟ ਦੇ ਵਾਂਗੂ ਆਪਾਂ ਹਿਸਟਰੀ ਦੇ ਟੈਸਟ ਖੋਜਾ ਕਰੂੰਗਾ ਠੀਕ ਹੈ ਨਾਲ ਦਿਨ ਆਪਣੀ ਅਬਿਲਿਟੀ ਚੱਲ ਪੂਗੀ ਪਰ ਪਲੀਟੀ ਦੇ ਵਿੱਚ ਇੱਕ ਦਿਨ ਦਾ ਆਪਾਂ ਗੈਪ ਪਾ ਕੇ ਉਹਦੇ ਆਪਾਂ ਜਿਹੜਾ ਪਿਛਲਾ ਉਹ ਵੀ ਰਿਵੀਜ਼ਨ ਕਰਿਆ ਕਰਾਂਗੇ ਉਹਦਾ ਟੈਸਟ ਪਾਇਆ ਕਰੂੰ ਤੁਹਾਨੂੰ ਮੈਂ ਠੀਕ ਹੈ ਜੀ ਤੇ ਆਹ ਲੈਕਚਰ ਸਾਰੇ ਬੱਚੇ ਧਿਆਨ ਨਾਲ ਲਾਉਣਾਗਾ ਛੇਮਾ ਲੈਕਚਰ ਆ ਬੱਚਿਓ ਕਿਹਦੇ ਬਾਰੇ ਇਹ ਇਹ ਹੈਗਾ ਠੀਕ ਹੈ ਜਿਆਦਾ ਡੀਪਲੀ ਜਾਣ ਦੀ ਲੋੜ ਨਹੀਂ ਕਿਉਂਕਿ ਗੁਫ਼ਤਗਾਲ ਦੇ ਵਿੱਚ ਕਿਉਂਕਿ ਇਤਿਹਾਸ ਦਾ ਜਿਹੜਾ ਮਤਲਬ ਕ੍ਰਾਈਟੇਰੀਆ ਹੈਗਾ ਠੀਕ ਹੈ ਜਿਹੜਾ ਦਾ ਮਤਲਬ ਹੈ ਕਿ ਕੀ ਕਹਿ ਸਕਦੇ ਹਾਂ ਉਹਨੂੰ ਕਿ ਜਿਹੜਾ ਨਾ ਗ੍ਰਾਫ ਬਹੁਤ ਵੱਡਾ ਗ੍ਰਾਫ ਹੈ ਦਾ ਬਹੁਤ ਵੱਡੇ ਪੈਮਾਨੇ ਤੇ ਆਪਣੀ ਜੀਕੇ ਫੈਲੀ ਹੋਈ ਹੈ ਜੀਕੇ ਇੱਕ ਸਮੁੰਦਰ ਹੈ ਬੱਚਿਓ ਜੀਕੇ ਇੱਕ ਸਮੁੰਦਰ ਹੈ ਤੇ ਸਮੁੰਦਰ ਨੂੰ ਸਾਨੂੰ ਪਤਾ ਕਿ ਕੋਈ ਜਿੱਤ ਨਹੀਂ ਸਕਦਾ ਤਾਂ ਕਰਕੇ ਸਿਰਫ ਆਪਾਂ ਉਹੀ ਚੀਜ਼ਾਂ ਲੈ ਕੇ ਆਉਣੇ ਜਿਹੜੀਆਂ ਆਪ ਨੂੰ ਸਮੁੰਦਰ ਦੇ ਵਿੱਚ ਲੱਗਦੀਆਂ ਕਿ ਆਹ ਆ ਜਗ੍ਹਾ ਸਮੁੰਦਰ ਦੇ ਵਿੱਚ ਹੈਗੀਆਂ ਮੱਧਪੁਰ ਜਗ੍ਹਾ ਸਮੁੰਦਰ ਦੇ ਵਿੱਚ ਬਸ ਆਪਾਂ ਉਹੀ ਚੱਕੜੀਆਂ ਆਪਾਂ ਠੀਕ ਹੈ ਜੀ ਦੇਖ ਉਹ ਕਾਲਜ ਦਾ ਉਹ ਕਾਲਜ ਕਿਹੜਾ ਹੈ ਜੋ ਗੁਪਤ ਕਾਲ ਦੇ ਸਮੇਂ ਬਹੁਤ ਮਸ਼ਹੂਰ ਸੀ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਜਿੱਥੇ ਵੀ ਕਿਤੇ ਵੀ ਪੁਰਾਣੇ ਕਾਲਜ ਦੀ ਗੱਲ ਆ ਗਈ ਉੱਥੇ ਚੁੱਪ ਕਰਕੇ ਆਨਸਰ ਲਾ ਦਿਓ ਨਲੰਦਾ ਯੂਨੀਵਰਸਿਟੀ ਨਲੰਦਾ ਯੂਨੀਵਰਸਿਟੀ ਬੱਚਿਓ ਕਿੱਥੇ ਹੈਗੀ ਇਹ ਹੈਗੀ ਹੈ ਬਿਹਾਰ ਦੇ ਵਿੱਚ ਠੀਕ ਹੈ ਪ੍ਰਾਈਮ ਟਾਈਮਾਂ ਦੇ ਵਿੱਚ ਇਹ ਯੂਨੀਵਰਸਿਟੀ ਬਹੁਤ ਫੁੱਲ ਜਿਹੜਾ ਹੀ ਹੁੰਦੀ ਸੀ ਇਸ ਕਾਲਜ ਦੀ ਸਥਾਪਨਾ ਗੁਪਤ ਵੰਸ਼ ਦੇ ਸ਼ਾਸਕ ਕੁਮਾਰ ਗੁਪਤ ਮਹਿੰਦਰ ਅਦਿੱਤਿਆ ਨੇ ਕੀਤੀ ਸੀ SSC ਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਬੱਚਿਓ SSC ਦੇ ਵਿੱਚ ਕਿ ਉਹ ਕਾਲਜ ਜਿਹੜਾ ਗੁਫਤਗਾਲ ਦੇ ਸਮੇਂ ਮਸ਼ਹੂਰ ਸੀ ਨਲੰਦਾ ਤੇ ਗੁਫਤਬੰਚ ਦੀ ਕਿਹੜੀ ਸ਼ਾਸਕ ਨੇ ਬਣਾਇਆ ਸੀ ਕੁਮਾਰ ਗੁਫਤ ਮਹਿੰਦਰ ਅਦਤਿਆਨੇ ਬੱਚਿਓ ਇਹ ਬਣਾਇਆ ਸੀ ਓਕੇ ਜੀ ਇਹ ਕਾਲਜ ਬੁੱਧ ਧਰਮ ਦੀ ਸਿੱਖਿਆ ਲਈ ਪ੍ਰਸਿੱਧ ਸੀ ਪ੍ਰਸ਼ਨ ਪੁੱਛ ਸਕਦੇ ਆ ਕਿ ਜਿਹੜਾ ਨਲੰਦਾ ਕਾਲਜ ਸੀ ਇਹ ਕਿਹੜੀ ਚੀਜ਼ ਲਈ ਪ੍ਰਸਿੱਧ ਸੀ ਬੱਚਿਓ ਇਹ ਪ੍ਰਸਿੱਧ ਹੈਗਾ ਸੀ ਬੁੱਧ ਧਰਮ ਦੀ ਸਿੱਖਿਆ ਦੇਣ ਲਈ ਇਸ ਨੂੰ ਬਖਤਿਆਰ ਖਿਲਜੀ ਨੇ ਖਿਲਜੀ ਦਾ ਪੁਰਾਣਾ ਨਾਮ ਬਖਤਾਰ ਖਿਲਜੀ ਸੀ ਉਸਨੇ ਇਸ ਨੂੰ ਲੁੱਟਿਆ ਸੀ ਤੇ ਉਸਨੇ ਸੈਨਾਪਤੀ ਨੇ ਇਸ ਨੂੰ ਅੱਗ ਲਗਾ ਦਿੱਤੀ ਸੀ ਤੇ ਜਿੰਨਾ ਵੀ ਇੱਥੇ ਇਤਿਹਾਸ ਦਾ ਸੋਰਸ ਸੀ ਬੁੱਧ ਧਰਮ ਨਾਲ ਰਿਲੇਟਡ ਜਾਂ ਹੋਰ ਚੀਜ਼ਾਂ ਦਾ ਜਿਹੜੇ ਚੀਨੀ ਯਾਤਰੀ ਆਏ ਸੀ ਉਹ ਟਾਈਮਾਂ ਦੇ ਵਿੱਚ ਉਹਨਾਂ ਨੇ ਜਿਹੜੇ ਰਿਕਾਰਡ ਸੀ ਉਹ ਯੂਨੀਵਰਸਿਟੀ ਦੇ ਵਿੱਚ ਸੀ ਤੇ ਉਹ ਵੀ ਵਿੱਚ ਹੀ ਮੱਚ ਗਏ ਸੀ ਓਕੇ ਜੀ ਤੇ ਘਟੋ ਘਟ ਕਹਿੰਦੇ 5-4 ਦਿਨ ਤੋਂ ਵੱਧ ਇਹਦੀ ਅੱਗ ਨਹੀਂ ਬੁਜੀ ਸੀ ਯੂਨੀਵਰਸਿਟੀ ਇੰਨੀ ਗੰਦੀ ਅੱਗ ਲੱਗੀ ਸੀ ਇਹਨੂੰ ਕਾਲਜ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈਗਾ ਬਾਣਪਟ ਕਿਸਦਾ ਕਵੀ ਸੀ ਬਾਣਪਟ ਕਿਸ ਦਾ ਦਰਬਾਰੀ ਕਵੀ ਸੀ ਬੱਚਿਓ ਬਾਣਪਟ ਹੈਗਾ ਸੀ ਹਰਸ਼ਵਰਧਨ ਦਾ ਦਰਬਾਰੀ ਕਵੀ ਡਾਇਰੈਕਟ ਯਾਦ ਕਰ ਲਿਓ ਤੇ ਕਿਹਨੂੰ ਹੋਦਾ ਸੀ ਹਰਸ਼ਵਰਧਨ ਦੇ ਸਮੇਂ ਕਿਹੜਾ ਯਾਤਰੀ ਆਇਆ ਸੀ ਹਰਸ਼ਵਰਧਨ ਦੇ ਸਮੇਂ ਆਇਆ ਸੀ ਹਿਊੰਗ ਸਾਂਗ ਕਰਵਾ ਕੇ ਆ ਤੁਹਾਨੂੰ ਮੈਂ ਓਕੇ ਬਾਦ ਰਨਪੁਰੀ ਨੂੰ ਕਿਸ ਨੂੰ ਕਿਹਾ ਜਾਂਦਾ ਹੈ ਬਹੁਤ ਜ਼ਿਆਦਾ ਮਤਵਪੂਰਨ ਪ੍ਰਸ਼ਨ ਹੈ ਬਹੁਤ ਜ਼ਿਆਦਾ ਭਾਰਤ ਦਾ ਨੈਪੋਲੀਅਨ ਕਿਉਂ ਕਿਹਾ ਜਾਂਦਾ ਬੱਚਿਓ ਸਮੁੰਦਰ ਗੁਫਤ ਨੂੰ ਕਿਹਾ ਜਾਂਦਾ ਭਾਰਤ ਦਾ ਨੈਪੋਲੀਅਨ ਇਹ ਗੱਲ ਭੁੱਲਣੀ ਨਹੀਂ ਤੇ ਭਾਰਤ ਦਾ ਸ਼ੈਕਸਪੀਅਰ ਕਿਹਨੂੰ ਕਿਹਾ ਜਾਂਦਾ ਸ਼ੈਕਸਪੀਅਰ ਕਿਹਨੂੰ ਕਿਹਾ ਜਾਂਦਾ ਭਾਰਤ ਦਾ ਉਹ ਕਿਹਾ ਜਾਂਦਾ ਜੀ ਆਪਣੇ ਕਾਲੀਦਾਸ ਨੂੰ ਜੇ ਆਪਾਂ ਪ੍ਰਸ਼ਨ ਦੇਖੀ ਤਾਂ ਦੋ ਪ੍ਰਸ਼ਨ ਜਿਆਦਾ ਚੱਕੇ ਜਾਂਦੇ ਗੁਫਤਕਾਲ ਦੇ ਵਿੱਚੋਂ ਆਹਾਂ ਤੇ ਆਹਾਂ ਤੇ ਬਾਣ-ਪੱਟਾ ਵਾਲਾ ਤੀਸਰਾ ਵੀ ਪਰ ਇਹਨਾਂ ਦਾ ਜਿਆਦਾ ਇਹਨਾਂ ਦੋਨਾਂ ਦਾ ਮਾਰਜਿਨ ਜਿਆਦਾ ਹੈਗਾ ਓਕੇ ਬੱਚਿਓ ਇਸ ਤੋਂ ਬਾਅਦ ਅਗਲਾ ਹੈ ਨਲੰਦਾ ਕਾਲਜ ਕਿਸ ਲਈ ਪ੍ਰਸਿੱਧ ਸੀ ਤੁਹਾਨੂੰ ਪਹਿਲੀ ਦੱਸ ਕੇ ਗਿਆ ਇਹ ਬੁੱਧ ਧਰਮ ਦੀਆਂ ਸਿੱਖਿਆ ਦੇ ਜਿਹੜੇ ਕੇਂਦਰ ਸੀ ਉਹ ਇਹ ਸੀ ਨਲੰਦਾ ਯੂਨੀਵਰਸਿਟੀ ਇੱਥੋਂ ਸਿੱਖਿਆ ਦਿੱਤੀ ਜਾਂਦੀ ਸੀ ਜਿਹੜੇ ਉਹਨਾਂ ਦੇ ਮਤਲਬ ਵਿਚਾਰ ਸੀ ਉਹਨਾਂ ਨੂੰ ਇੱਥੋਂ ਪ੍ਰਗਟ ਕੀਤਾ ਜਾਂਦਾ ਸੀ ਗਾਹਾਂ ਭੇਜਿਆ ਜਾਂਦਾ ਸੀ ਓਕੇ ਜੀ ਜਿਵੇਂ ਕਿਸੇ ਥਾਂ ਤੇ ਗਾਹੇ ਬੰਦੇ ਭੇਜਦੇ ਸੀ ਜਿਵੇਂ ਕਿ ਅਸ਼ੋਕ ਨੇ ਆਪਣੀ ਪੁੱਤਰੀ ਪ੍ਰੀਯ ਦਰਸ਼ਨੀ ਨੂੰ ਭੇਜਿਆ ਸੀ ਸ਼੍ਰੀਲੰਕਾ ਦੇ ਵਿੱਚ ਤੇ ਆਪਣੇ ਮੁੰਡੇ ਮਹਿੰਦਰ ਨੂੰ ਵੀ ਭੇਜੇ ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਉਵੇਂ ਜਿਵੇਂ ਇੱਥੇ ਇੱਕ ਬਹਿ ਕੇ ਸੰਸਥਾ ਬਣੀ ਹੁੰਦੀ ਸੀ ਤੇ ਉੱਥੋਂ ਮਤਲਬ ਉਹ ਗਾਹਾਂ ਦੇਖਦੇ ਸੀ ਕਿਹੜੀ ਰੀਤ ਹੈ ਆਪਾਂ ਕਿੱਥੋਂ ਬੰਦੇ ਭੇਜਣਾ ਰਣਨੀਤੀ ਹੁੰਦੀ ਸੀ ਤੋਂ ਤੇ ਸਿੱਖਿਆ ਦਿੱਤੀ ਜਾਂਦੀ ਸੀ ਕਿ ਬੁੱਧ ਧਰਮ ਮੈਂ ਜਿਹੜਾ ਇਹਦਾ ਅਜੰਡਾ ਕੀ ਹੈਗਾ ਠੀਕ ਹੈ ਉਹ ਸਾਰਾ ਕੁਝ ਕਿੱਥੇ ਤੱਕ ਕੀਤਾ ਜਾਂਦਾ ਸੀ ਬੱਚੋ ਨਲੰਦਾ ਯੂਨੀਵਰਸਿਟੀ ਦੇ ਵਿੱਚ ਕੀਤਾ ਜਾਂਦਾ ਸੀ ਜਿਹੜੀ ਕਿ ਬਿਹਾਰ ਦੇ ਵਿੱਚ ਹੈ ਤੇ ਜਿਹਨੂੰ ਖਿਲਜੀ ਨੇ ਅੱਗ ਲਗਾ ਕੇ ਮਚਾਤਾ ਸੀ ਸੋ ਦਾ ਸੋਰਸ ਵੀ ਸਾਡਾ ਗੋਪਤਵੰਚ ਦਾ ਸੰਸਤਾਪਕ ਕੌਣ ਸੀ ਕਹਿੰਦਾ ਮਤਲਬ ਗੋਪਤਵੰਚ ਸੀ ਬੱਚੋ ਜਿਹੜਾ ਉਸ ਦੀ ਨੀ ਕਿਸ ਨੇ ਰੱਖੀ ਸੀ ਗੋਪਤਵੰਚ ਦੀ ਨਹੀਂ ਗੋਪਤਵੰਚ ਦੀ ਨੀ ਬੱਚੋ ਰੱਖੀ ਸੀ ਆਪਣੇ ਸ਼੍ਰੀ ਗੁਫਤ ਨੇ ਕਿਹੜੇ ਰੱਖੀ ਸੀ ਸ਼੍ਰੀ ਗੁਫਤ ਨੇ ਰੱਖੀ ਸੀ ਗੋਪਤਵੰਚ ਦੀ ਨਹੀਂ ਕਿਸ ਦੀਆਂ ਪ੍ਰਸਿੱਧੀਆਂ ਨੂੰ ਉਲਾਹਾਵੜਾ ਸਿਲਾ ਲੇਖਾਂ ਦੇ ਵਿੱਚ ਵਰਣਨ ਕੀਤਾ ਗਿਆ ਜੇ ਪਰੇਸ਼ਨ ਆ ਗਿਆ ਕਿ ਕਿਹੜੀਆਂ ਪ੍ਰਸਿੱਧੀਆਂ ਨੂੰ ਉਲਾਹਾਵੜ ਦੇ ਜਿਹੜੇ ਸਿਲਾ ਲੇਖਾਂ ਬੱਚੋ ਸਿਲਾ ਲੇਖ ਦੇ ਵਿੱਚ ਕੀ ਹੁੰਦਾ ਜਿਵੇਂ ਅਸ਼ੋਕ ਦੇ ਸਿਲਾ ਲੇਖ ਹੈ ਅਸ਼ੋਕ ਦੇ ਸਿਲਾ ਲੇਖ ਦੇ ਵਿੱਚ ਉਹਦੀਆਂ ਜੰਗਾਂ ਬਾਰੇ ਕਿਵੇਂ ਉਹਨੇ ਬੁੱਧ ਧਰਮ ਅਪਣਾਇਆ ਠੀਕ ਹੈ ਕਿਵੇਂ ਉਹਨੇ ਕਲਿੰਗਾ ਦਾ ਜੁੱਧ ਹੋਇਆ ਸੀ ਜਿਹੜਾ 261 ਦੇ ਵਿੱਚ ਉਦੋਂ ਕਿਵੇਂ ਮਤਲਬ ਉਦੋਂ ਆਪਣੇ ਕਿਵੇਂ ਜੀਵਨ ਨੂੰ ਉਹਨੇ ਪ੍ਰਵਰਤਨ ਕੀਤਾ ਆਪਦਾ ਜੀਵਨ ਉਹ ਸਾਰੀਆਂ ਗੱਲਾਂ ਬੱਚੋ ਇਹ ਚੀਜ਼ਾਂ ਦੇ ਵਿੱਚ ਦੱਸੀਆਂ ਹੋਈਆਂ ਨੇ ਆਪਾਂ ਓਕੇ ਜੀ ਉਵੇਂ ਇਹ ਸਿਲਾ ਲੇਖਾਂ ਦੇ ਵਿੱਚ ਪ੍ਰਾਣੀਆਂ ਚੀਜ਼ ਜਿਹੜਾ ਵਰਣਨ ਹੁੰਦਾ ਕਿਸ ਦੀ ਬਹਾਦਰੀ ਦਾ ਕਿਸੇ ਦੇ ਜਜਵੇ ਦਾ ਕਿਸੇ ਨੇ ਕੋਈ ਧਾਰਮਿਕ ਕੰਮ ਕੀਤਾ ਹੋਵੇ ਜਾਂ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਿਹਨੇ ਇਤਿਹਾਸ ਨੂੰ ਇੱਕ ਵੱਖਰਾ ਮੋੜ ਦਿੱਤਾ ਹੋਵੇ ਉਹ ਚੀਜ਼ਾਂ ਹੁੰਦੀਆਂ ਸਿਲਾ ਲੇਖਾਂ ਦੇ ਵਿੱਚ ਲਿਖੀਆਂ ਜਾਂਦੀਆਂ ਹੁੰਦੀਆਂ ਠੀਕ ਹੈ ਜਿਵੇਂ ਆਪਾਂ ਕਾਲੂ ਕੋਈ ਵੱਡੇ ਅਫਸਰ ਲੱਗਦੇ ਆ ਠੀਕ ਹੈ ਆਪਾਂ ਵਧੀਆ ਕੰਮ ਕਰਦੇ ਆ ਤਾਂ ਆਪਣਾ ਵੀ ਇੱਕ ਇਤਿਹਾਸ ਬਣ ਜਾਂਦਾ ਕਿ ਕੋਈ ਬੰਦਾ ਹੁੰਦਾ ਸੀ ਜਿਹਨੇ ਇੰਨੇ ਵਧੀਆ ਕੰਮ ਕੀਤੇ ਸੀ ਹੁਣ ਪ੍ਰਾਇਮ ਟਾਈਮਾਂ ਦੇ ਵਿੱਚ ਅੱਤਵਾਦ ਵਾਲੇ ਤੁਸੀਂ ਚੱਕ ਲਓ ਅੱਤਵਾਦ ਵਾਲੇ ਕਿੰਨੇ ਬੇਨਰਦੋਸ਼ ਬੱਚਿਆਂ ਨੂੰ ਚੱਕ ਚੱਕ ਕੇ ਠੀਕ ਹੈ ਅੱਤਵਾਦੀ ਕਹਿ ਕੇ ਪੁਲਿਸ ਵਾਲੇ ਨੇ ਪ੍ਰੋਮੋਸ਼ਨ ਆਪਾਉਣ ਦੀ ਖਾਤਰ ਖੇਤਾਂ 'ਚ ਲਿਜਾ ਲਿਜਾ ਕੇ ਮਾਰੇ ਸੀ ਮੇਰੇ ਅਰਕਾ ਤੁਰੇ ਜਾਂਦਾ ਤੁਰੇ ਜਾਂਦਾ ਚੱਕ ਲਿਆ ਖੇਤਾਂ 'ਚ ਲਿਜਾ ਕੇ ਗੋਲੀ ਮਾਰ ਕੇ ਮੇਰੇ ਪ੍ਰੋਮੋਸ਼ਨ ਕਰੋ ਜੀ ਫੀਤਰੀਆਂ ਲਵਾਈ ਜਾਂਦੇ ਸੀ ਆ ਕੰਮ ਹੁੰਦਾ ਸੀ ਪੁਰਾਣੇ ਟਾਈਮਾਂ ਦੇ ਵਿੱਚ ਉਦੋਂ ਦੇ ਜਿਹੜੇ ਸਮੇਂ 'ਚ ਡੀਜੀਪੀਸੀ ਤੇ ਉਹਨਾਂ ਨੂੰ ਲੋਕ ਅੱਜ ਵੀ ਉਹਨਾਂ ਦੀ ਨਾ ਮਤਲਬ ਇੰਨੀ ਨਿੰਦਿਆ ਕਰਦੇ ਗੱਲੀ ਛੱਡ ਦੋ ਠੀਕ ਹੈ ਤੇ ਉਹ ਟਾਈਮਾਂ ਦੇ ਵਿੱਚ ਕਿ ਕਿਸੇ ਬੰਦੇ ਦੀਆਂ ਪ੍ਰਸਿੱਧੀਆਂ ਉਹਦੇ ਸਿਲਾ ਲੇਖਾਂ ਦੇ ਵਿੱਚ ਲਿਖਿਆ ਜਾਂਦਾ ਸੀ ਪੁਰਾਣੇ ਟਾਈਮਾਂ ਦੇ ਵਿੱਚ ਤੇ ਕਿਸ ਦੀਆਂ ਪ੍ਰਸਿੱਧੀਆਂ ਲਾਹਵਾ ਦੇ ਸਿਲਾ ਲੇਖਾਂ ਦੇ ਵਿੱਚ ਵਰਣ ਕੀਤਾ ਗਿਆ ਬੱਚੋ ਸਮੁੰਦਰ ਗੁਫਤ ਦਾ ਓਕੇ ਜੀ ਸਾਰੇ ਪ੍ਰਸ਼ਨ ਮੱਤੂ ਬੁਨੇ ਸਿਰਫ ਮੈਂ ਉਹੀ ਕੱਢ ਕੇ ਲੈ ਕੇ ਆਇਆ ਹਾਂ ਕਿਹੜੇ ਗੁਫਤ ਸ਼ਾਸਕ ਦੇ ਸਮੇਂ ਫਾਹੀਆਂ ਚੀਨੀ ਯਾਤਰੀ ਆਇਆ ਸੀ ਫਾਹੀਆਂ ਆਇਆ ਸੀ ਚੰਦਰ ਗੁਫਤ ਦੂਜੇ ਦੇ ਸਮੇ ਹਰ ਚਬਰਦਨ ਇਸ ਸਮੇਂ ਕਿਹੜਾ ਆਇਆ ਸੀ ਹਿਊੰਗ ਸਾਂਗ ਇਹਦੇ ਸਮੇਂ ਕਿਹੜਾ ਆਇਆ ਸੀ ਚੰਦਰਗੁਪਤ ਦੂਜੇ ਦੇ ਸਮੇਂ ਫਾਹਿਆਨ ਕਵੀ ਕਾਲੀਦਾਸ ਕਿਸ ਦੇ ਦਰਬਾਰ ਦਾ ਕਵੀ ਸੀ ਇਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਹ ਹੈਗਾ ਸੀ ਜੀ ਚੰਦਰਗੁਪਤ ਬਿਕਰਮਾਦਿਤ ਚੰਦਰਗੁਪਤ ਬਿਕਰਮਾਦਿਤ ਦੇ ਸਮੇਂ ਦਾ ਕੌਣ ਸੀ ਕਾਲੀਦਾਸ ਦਰਬਾਰੀ ਕਵੀ ਸੀ ਇਹਦੇ ਚੰਦਰਗੁਪਤ ਬਿਕਰਮਾਦਿਤ ਰਿਆ ਨੌ ਰਤਨ ਸੀ ਵਿੱਚੋਂ ਨੌ ਰਤਨ ਨੌ ਰਤਨਾਂ ਦੇ ਵਿੱਚੋਂ ਕਾਲੀਦਾਸ ਇੱਕ ਸੀ ਕੀ ਬੜੀ ਪੁੱਛ ਸਕਦੇ ਆ ਕਿ ਕਾਲੀਦਾਸ ਕਿ ਕਿੰਨੇ ਰਤਨਾਂ ਦੇ ਵਿੱਚੋਂ ਇੱਕ ਸੀ ਤਾਂ ਹੀ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਜੇ ਪੁੱਛ ਸਕਦਾ ਹੈ ਚੰਦਰਗੌਰ ਤੋਂ ਬਿਕਰਮਾ ਦਾਤਾ ਦੇ ਕਿੰਨੇ ਰਤਨ ਸੀ ਉਹਦੇ ਨੌ ਰਤਨ ਸੰਨ ਠੀਕ ਹੈ ਉਹ ਪੀਪਲ ਦਾ ਨਜ਼ਰੀਆ ਡਿਪੈਂਡ ਕਰਦਾ ਬੱਚਿਓ ਕਿ ਉਹ ਪ੍ਰੈਸ਼ਰ ਕਿਸ ਤਰ੍ਹਾਂ ਪੁੱਛਦਾਗਾ ਦੇਖੋ ਇਹ ਰਿਆ ਥੋੜੀਆਂ ਜਿਹੀਆਂ ਰਚਨਾਵਾਂ ਆਈਆਂ ਜਿਹੜੀਆਂ ਮੱਤਪੂਰਨ ਨੇ ਆ ਦੇਖੋ ਅਪ੍ਰੀਸ਼ ਨੂੰ ਤੁਹਾਨੂੰ ਪਹਿਲਾਂ ਕਰਵਾ ਗਿਆ ਸੀ ਕਾਲੀਦਾਸ ਨੂੰ ਭਾਰਤ ਦਾ ਸ਼ੈਕਸਪੀਅਰ ਵੀ ਕਿਹਾ ਜਾਂਦਾ ਹੈ ਇਹਨਾਂ ਰਚਨਾਵਾਂ ਵੈਸੇ ਤਾਂ ਬਹੁਤ ਜ਼ਿਆਦਾ ਆਈਆਂ ਪਰ ਆਪਾਂ ਸਿਰਫ ਮੱਤਪੂਰਨ ਹੀ ਪੜਾਂਗੇ ਕੁਮਾਰ ਸੰਭਵ ਮੇਘਦੂਤ ਠੀਕ ਹੈ ਇਹ ਦੋ ਯਾਦ ਕਰ ਲਿਓ ਠੀ ਇਸ ਤੋਂ ਬਾਅਦ ਸਭ ਤੋਂ ਪ੍ਰਾਚੀਨ ਕਾਲ ਜਿਹੜਾ ਹੈ ਸਭ ਤੋਂ ਪ੍ਰਾਚੀਨ ਕਾਲ ਜਿਹ ਹੈ ਉਹ ਹੈ ਨਲੰਦਾ ਜਿਹੜਾ ਕਿ ਕਿੱਥੇ ਹੈ ਬਿਹਾਰ ਦੇ ਵਿੱਚ ਹੈ ਹਰਸ਼ਵਰਧਨ ਦਾ ਦਰਬਾਰੀ ਕਵੀ ਕੌਣ ਸੀ ਹਰਸ਼ਵਰਧਨ ਦਾ ਦਰਬਾਰੀ ਕਵੀ ਹੈਗਾ ਸੀ ਬਾਣ ਭਟ ਹਰਸ਼ਵਰਧਨ ਦੇ ਸਮੇਂ ਕਿਹੜਾ ਚੀਨੀ ਯਾਤਰੀ ਆਇਆ ਸੀ ਹਿਉਂਗ ਸਾਂਗ ਦੇਖੋ ਬਾਣ ਭਟ ਨੇ ਕਿਹੜੇ-ਕਿਹੜੇ ਰਚਨਾਵਾਂ ਇਹ ਵੀ ਲਿਖ ਲਿਓ ਕਦਲਮਰੀ ਤੇ ਹਰਸ਼ ਚਰਿਤ੍ਰ ਦੇਖੋ ਹਰ ਸ੍ਰੀਤਾ ਦੇ ਨਾਲ ਤੁਹਾਨੂੰ ਯਾਦ ਹੋ ਜਾਊਗਾ ਕਿਉਂਕਿ ਹਰ ਛਦੇ ਸਮੇਂ ਵਿੱਚ ਮਾਨਪੱਟ ਹੈਗਾ ਸੀ ਉਹਦੇ ਕਵੀ ਠੀਕ ਹੈ ਤਾਂ ਉਹਦੀ ਬड़ाई ਵਾਸਤੇ ਕੁਛ ਨਾ ਕੁਛ ਤਾਂ ਲਿਖੂਗਾ ਹੀ ਨਾ ਗੁਪਤ ਵੰਚ ਕਿਸ ਲਈ ਪ੍ਰਸਿੱਧ ਦੇਖੋ ਗੁਪਤ ਵੰਚ ਹੈਗਾ ਸੀ ਕਲਾ ਲਈ ਪ੍ਰਸਿੱਧ ਠੀਕ ਹੈ ਕਲਾ ਲਈ ਪ੍ਰਸਿੱਧ ਸੀ ਓਕੇ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਪ੍ਰਸ਼ਨ ਠੀਕ ਹੈ ਜੀ ਬਾਨਪਟ ਗੁਫਤ ਪੰਛ ਕਿਸੇ ਇਹ ਦੱਸਤਾ ਜੀ ਗੁਫਤ ਵੰਸ਼ ਦੇ ਕਾਲ ਨੂੰ ਭਾਰਤ ਦੇ ਇਤਿਹਾਸ ਵਿੱਚ ਸਵਰਨ ਜੁਗ ਕਿਹਾ ਜਾਂਦਾ ਹੈ ਸਵਰਨ ਦਾ ਮਤਲਬ ਹੁੰਦਾ ਬੱਚਿਓ ਸੋਨਾ ਠੀਕ ਹੈ ਕਿਹੜੇ ਸਮੇਂ ਨੂੰ ਸੋਨੇ ਦਾ ਜੁਗ ਕਿਹਾ ਜਾਂਦਾ ਹੈਗਾ ਗੁਫਤ ਕਾਲ ਦੇ ਸਮੇਂ ਨੂੰ ਕਿਉਂਕਿ ਉਸ ਸਮੇਂ ਬਹੁਤ ਤਰੱਕੀ ਕੀਤੀ ਸੀ ਤੇ ਵਧੀਆ ਲੋਕਾਂ ਦਾ ਮਤਲਬ ਸਹੀ ਸੀ ਲੋਕ ਉਹ ਟਾਈਮ ਦੇ ਵਿੱਚ ਗੁਫਤ ਸ਼ਾਸਕਾਂ ਦੀ ਭਾਸ਼ਾ ਕਿਹੜੀ ਸੀ ਸਰਕਾਰੀ ਭਾਸ਼ਾ ਵੀ ਹੈ ਜਾਂ ਦਰਬਾਰੀ ਭਾਸ਼ਾ ਵੀ ਹੈ ਜਾਂ ਕਲੀ ਭਾਸ਼ਾ ਆ ਸਕਦੀ ਹੈ ਉਹ ਹੈ ਜੀ ਬੱਚਿਓ ਸੰਸਕ੍ਰਿਤ ਇੱਕਦਾਂ ਨੂੰ ਮੈਂ ਅੱਜ ਜਲਪਰੀਸ਼ਨ ਕਰਾ ਕੇ ਗਿਆ ਹਾਂ ਲਿਟਲ ਗੁਰੂ ਇੱਕ ਐਪ ਚਲਾਈ ਹੈ ਸੰਸਕ੍ਰਿਤ ਦੀ ਭਾਸ਼ਾ ਸਿੱਖਣ ਵਾਸਤੇ ਕਿਹੜੀ ਸਟੇਟ ਨੇ ਚਲਾਈ ਹੈ ਉਹ ਕਿਹੜੀ ਸਟੇਟ ਨੇ ਨਹੀਂ ਕਿਹੜੇ ਦੇਸ਼ ਨੇ ਚਲਾਈ ਹੈ ਉਹ ਤੋਂ ਗੋਪਤਰਾਜ ਨਾਮ ਦੱਸੋ ਜਿਸ ਨੇ ਬਿਕਰਮਾ ਦਿੱਤਰੀ ਅਪਾਦੀ ਨੂੰ ਅਪਣਾਇਆ ਸੀ ਚੰਦਰਗੁਪਤ ਦੂਜੇ ਨੇ ਅਪਣਾਇਆ ਸੀ ਬੱਚਿਓ ਬਿਕਰਮਧੱਤਰੀ ਅਪਾਦੀ ਨੂੰ ਠੀਕ ਹੈ ਚੰਦਰਗੁਪਤ ਦੂਜੇ ਦੇ ਸਮੇਂ કોણ ਆਇਆ ਸੀ ਫਾਹਿਆਨ ਆਇਆ ਸੀ ਇਸ ਨੂੰ ਦੇਵਗੁਪਤ ਦੇਵਰਾਜ ਅਤੇ ਦੇਵਸ਼੍ਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਦੋ ਤਿੰਨ ਨਾਮ ਹੋਰ ਵੀ ਬੱਚਿਓ ਇਹਦੇ ਇਹ ਵੀ ਤੁਸੀਂ ਯਾਦ ਕਰ ਲਿਓ ਐਸਐਸਸੀ ਜੀ ਵਿੱਚ ਪੁੱਛੇ ਗਏ ਆਪ੍ਰਿਸ਼ਨ ਇਹ ਠੀਕ ਹੈ ਜੀ ਚੰਦਰਗੁਪਤ ਦੂਜਾ ਦੂਜੀ ਕਰ ਬਿਕਰਮਧੱਤਰੀ ਦਾ ਮਤਲਬ ਕੀ ਹੁੰਦਾ ਸੀ ਬੱਚਿਓ ਬਿਕਰਮਧੱਤਿਆ ਦੀ ਅਪਾਦੀ ਕਿਉਂ ਦਿੱਤੀ ਜਾਂਦੀ ਸੀ ਦਾ ਮਤਲਬ ਕਿਸੇ ਬਿਕਰਮਧੱਤੇ ਦਾ ਕਿ ਸਭ ਨੂੰ ਜਿੱਤਣ ਵਾਲਾ ਸਭ ਨੂੰ ਜਿੱਤਣ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਵਿਕਰਮਦਿੱਤਿਆ ਦਾ ਬਾਦ ਦਿੱਤੀ ਜਾਂਦੀ ਸੀ ਉਹ ਟਾਈਮਾਂ ਦੇ ਵਿੱਚ ਤਾਂ ਕਿਹਨੇ ਬਾਦ ਦਿੱ ਹਾਸਲ ਕੀਤੀ ਸੀ ਚੰਦਰਗੁਪਤ ਦੂਜੇ ਨੇ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ ਦੇਖੋ ਗੁਪਤ ਕਾਲ ਦੇ ਸ਼ਾਸਨ ਦੌਰਾਨ ਅਜਿਹਾ ਕਿਹੜਾ ਵਿਅਕਤੀ ਸੀ ਜਿਹੜਾ ਕਿ ਇੱਕ ਮਹਾਨ ਖੰਗੋਲ ਵਿਗਿਆਨੀ ਵਿਗਿਆਨੀ ਵੀ ਸੀ ਅਤੇ ਗਣਿਤਰਾ ਵੀ ਵਿਗਿਆਨੀ ਸੀ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਮਹੱਤਵਪੂਰਨ ਪਰਸਨ ਹੈ ਠੀਕ ਹੈ ਗੁਪਤ ਕਾਲ ਦੇ ਸਮੇਂ ਕਿਹੜਾ ਸੀ ਜਿਹੜਾ ਕਿ ਖੰਗੋਲੀ ਸੀ ਖੰਗੋਲੀ ਦਾ ਮਤਲਬ ਕੀ ਹੁੰਦਾ ਬੱਚਿਓ ਜਿਹੜਾ ਪਲਾਡ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਪਲਾਡ ਬਾਰੇ ਅਸਮਾਨ ਦੇ ਵਿੱਚ ਇਹ ਗ੍ਰਹਿਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਉਹ ਸੀ ਬੱਚਿਓ ਕੌਣ ਆਰਿਆ ਪਟ ਸੀ ਤੇ ਗਣਿਤ ਦਾ ਗਣਿਤੋ ਦਾ ਵਿਗਿਆਨੀ ਕਿਹੜਾ ਸੀ ਉਹ ਵੀ ਆਰਿਆ ਪਟ ਸੀ ਜਿਹੜੀ ਆਪਾਂ ਜ਼ੀਰੋ ਨਹੀਂ ਵਰਤਦੇ ਜ਼ੀਰੋ ਕਿਸ ਨੇ ਆ ਜਾਂਦਾ ਕਿ ਦੁਨੀਆ ਨੂੰ ਸਾਰੀ ਦੁਨੀਆ ਨੂੰ ਜ਼ੀਰੋ ਦਾ ਸਿਧਾਂਤ ਕਿਹਨੇ ਦਿੱਤਾ ਸੀ ਜ਼ੀਰੋ ਦਾ ਸਿਧਾਂਤ ਇਹ ਦਿੱਤਾ ਸੀ ਬੱਚਿਓ ਆਰਿਆ ਪਟ ਨੇ ਦਿੱਤਾ ਸੀ ਠੀਕ ਹੈ ਜ਼ੀਰੋ ਦਾ ਸਿਧਾਂਤ ਵੀ ਆਰਿਆ ਪਟ ਨੇ ਦਿੱਤਾ ਸੀ ਤੇ ਖਗੋਲੀ ਵਿਗਿਆਨੀ ਵੀ ਇਹੀ ਸੀ ਤੇ ਗਣਿਤ ਦਾ ਵਿਗਿਆਨੀ ਵੀ ਇਹੀ ਸੀ ਕਿਹੜੇ ਸਮੇਂ ਦੇ ਵਿੱਚ ਸੀ ਗੁਪਤ ਸ਼ਾਸਨ ਦੇ ਸਮੇਂ ਦੇ ਵਿੱਚ ਸੀ ਭਾਰਤ ਜਿਹੜਾ ਆਪਣਾ ਪਹਿਲਾ ਉਪਗ੍ਰਹ ਛੱਡਿਆ ਗਿਆ ਸੀ ਠੀਕ ਹੈ 19 ਅਪ੍ਰੈਲ 1975 ਦੇ ਵਿੱਚ ਉਸ ਦਾ ਨਾਮ ਵੀ ਆਰੀਆਪਟ ਦੇ ਨਾਮ ਤੇ ਹੀ ਰੱਖਿਆ ਗਿਆ ਸੀ ਗੁਪਤ ਕਾਲ ਦੇ ਸਮੇਂ ਕਿਸ ਤਾ ਦੁਦੇ ਸਿੱਕੇ ਸਭ ਤੋਂ ਜ਼ਿਆਦਾ ਬਣਾਏ ਜਾਂਦੇ ਸਨ ਗੁਪਤ ਕਾਲ ਦੇ ਸਮੇਂ ਬੱਚੋ ਗੁਪਤ ਕਾਲ ਦੇ ਸਮੇਂ ਸੋਨਾ ਤਾਂ ਤੁਸੀਂ ਜਿਹੜੀ ਉਹਦੇ ਸਿੱਕੇ ਸਭ ਤੋਂ ਜ਼ਿਆਦਾ ਬਣਾਏ ਜਾਂਦੇ ਹੁੰਦੇ ਸੀ ਇਸ ਤੋਂ ਬਾਅਦ ਆ ਗਿਆ ਬੱਚੋ ਬਾਰਹਾ ਮਿਹਰ ਕੌਣ ਸੀ ਬਾਰਹਾ ਮੇਲ ਹੈਗਾ ਸੀ ਬੱਚਿਓ ਖੰਗੋਲੀ ਖੰਗੋਲੀ ਦਾ ਮਤਲਬ ਸੀ ਹੈ ਇੱਕ ਕੀ ਮਤਲਬ ਜਿਹੜਾ ਬੰਦਾ ਅਸਮਾਨ ਬਾਰੇ ਗ੍ਰਿਹਾਂ ਬਾਰੇ ਤਾਰਿਆਂ ਦੀ ਦਿਸ਼ਾ ਬਾਰੇ ਤ੍ਰੁਵ ਤਾਰੇ ਹੁੰਦੇ ਆ ਜਿਹੜਾ ਆਸਮਾਨ ਦਾ ਜਿੰਨਾ ਵੀ ਉੜਕਾ ਪਿੰਡ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਦਾ ਹੋਵੇ ਉਹਨੂੰ ਆਪਾਂ ਖੰਗੋਲੀ ਕਹਿੰਦੇ ਆ ਠੀਕ ਹੈ ਜੀ ਇਹਨਾਂ ਬਈ ਸਟਾਰਨੋਟ ਵੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਕਿੰਨਾ ਨੇ ਕਿੰਨਾ ਦੇ ਦੇਖੋ ਇੱਥੇ ਥੋੜੀ ਜਿਹੀ ਮਸਤੀ ਹੈ ਕਿੰਨਾ ਦੇ ਸਿੱਕਿਆਂ ਤੋਂ ਇਨ੍ਹਾਂ ਦੇ ਸਿੱਕਿਆਂ ਤੋਂ ਸੰਗੀਤ ਪ੍ਰਤੀ ਪੇਮ ਪਿਆਰ ਦੱਸਾਉਂਦੇ ਹਨ ਗੁਫਤਕਾਲ ਦੇ ਸਮੇਂ ਦੇ ਵਿੱਚਲੇ ਸਿੱਕੇ ਆ ਉੱਤੇ ਸੰਗੀਤ ਦੀਆਂ ਵ ਸੰਗੀਤਕਾਰਾਂ ਦੀਆਂ ਫੋਟੋਆਂ ਜਿਵੇਂ ਕੋਈ ਪੀਪਣੀ ਵਜਾ ਰਿਹਾ ਹੈ ਠੀਕ ਹੈ ਕੋਈ ਬਾਜਾ ਵਜਾ ਰਿਹਾ ਹੈਗਾ ਇਹਦਾ ਮਤਲਬ ਉੱਥੋਂ ਇਹ ਪ੍ਰਤੀਤ ਹੁੰਦਾ ਕਿ ਉਹ ਲੋਕ ਸੀ ਜਿਹੜੇ ਗੁਫਤਕਾਲ ਦੇ ਉਹ ਸੰਗੀਤ ਨਾਲ ਬਹੁਤ ਲਗਾਵ ਸੀ ਉਹਨਾਂ ਦਾ ਦੂਸਰੇ ਪਾਸੇ ਜਿਹੜਾ ਔਰੰਗਜ਼ੇਬ ਨਹੀਂ ਸੀ ਔਰੰਗਜ਼ੇਬ ਉਹਨੂੰ ਸੰਗੀਤ ਨਾਲ ਐਨੀ ਜ਼ਿਆਦਾ ਨਫ਼ਰਤ ਸੀ ਐਨੀ ਜ਼ਿਆਦਾ ਨਫ਼ਰਤ ਸੀ ਔਰੰਗਜ਼ੇਬ ਨੂੰ ਉਹਨੇ ਇਹ ਕਹਿੰਦਾ ਸੀ ਕਿਤੇ ਵੀ ਕੋਈ ਬੰਦਾ ਸੰਗੀਤ ਲਾਉਂਦਾ ਹੈ ਕਵਿਤਾ ਗਾਉਂਦਾ ਤੁਸੀਂ ਦੇਖ ਲਿਆ ਠੀਕ ਹੈ ਤਾਂ ਉਹਨੂੰ ਫਾਂਸੀ ਦੇ ਦੋ ਮਾਰ ਦੋ ਵਸਨੋਤੀ ਔਰੰਗਜ਼ੇਬ ਇੰਨੀ ਨਫ਼ਰਤ ਕਰਦਾ ਸੀ ਸੰਗੀਤ ਤੋਂ ਤੇ ਉਹ ਟਾਈਮਾਂ ਦੇ ਵਿੱਚ ਬਾਰਸ਼ਾ ਵੀ ਹੁੰਦਾ ਸੀ ਤੇ ਬਾਰਸ਼ਾ ਨੂੰ ਵੀ ਨਾਲ ਨੇ ਬਹੁਤ ਤਸੀਹੇ ਦਿੱਤੇ ਸੀ ਮਤਲਬ ਇਹਦੀ ਪਾਬੰਦੀ ਲਾਤੀ ਸੀ ਇੱਕ ਤਰ੍ਹਾਂ ਨਾਲ ਕਿ ਕਿਸੇ ਨੇ ਕੋਈ ਕਵਿਤਾ ਨਹੀਂ ਲਿਖਣੀ ਠੀਕ ਹੈ ਜੀ ਜੀਰੋ ਦਾ ਸੰਦਾ ਤਾਂ ਕਿਸ ਨੇ ਦਿੱਤਾ ਇਹ ਸਾਨੂੰ ਮੈਂ ਪਹਿਲੀ ਕਰਵਾ ਕੇ ਕਿ ਜੀਰੋ ਦਾ ਸੰਦਾ ਤੇ ਬੱਚੋ ਦਿੱਤਾ ਹੈਗਾ ਆਪਣੇ ਆਰੀਆ ਪਟਨੇ ਦੇਖੋ ਬੱਚੋ ਅੱਜ ਆਪਣਾ ਗੁਫਤਕਾਲ ਸਾਰਾ ਕੰਪਲੀਟ ਹੋ ਚੁੱਕਿਆ ਗੁਫਤਕਾਲ ਕੱਲ ਨੂੰ ਮੈਂ 2 3 2 ਜਾਂ 3 ਚੈਪਟਰ ਇਕੱਠੀ ਕਰਵਾ ਦੂੰਗਾ ਇੱਕ ਤਾਂ ਗੁਲਾਮ ਵੰਸ਼ ਇੱਕ ਖਲਜੀ ਇਸ ਤੋਂ ਬਾਅਦ ਮੁਗਲੇ 3 4 ਵੰਸ਼ ਰਹਿ ਗਿਆ ਆਪਾਂ ਨੇ ਇਕੱਠੀ ਨਿਮੇੜ ਦਾਂਗੇ ਦਿੱਲੀ ਸਲਤਨਤ ਹੋਗੀ ਜਿਸ ਜਿਵੇਂ ਆਪਣੇ ਗੁਲਾਮਾਂ ਚੀ ਆ ਗਈ ਦਿੱਲੀ ਸਲਤਨਤ ਤੇ ਇਹ ਸਾਰੇ ਦਾ ਆਪਾਂ ਕੱਲ ਨੂੰ 2 3 2 ਟੌਪਿਕ ਇਕੱਠੇ ਕਰ ਦੋ ਮਤਲਬ ਕਹਿੰਦਾ ਮਤਲਬ ਕਿ ਮੈਂ ਅ ਸੱਚ ਸੋਮਵਾਰ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਸਲੇਬਸ ਨਿਬੇੜ ਦੇਣਾ ਸਰਦਾ ਬਸ ਪ੍ਰਾਚੀਨ ਦਾ ਇਸ ਤੋਂ ਬਾਅਦ ਆਪਣੀ ਪਲੀਟੀ ਚੱਲਪੂ ਠੀਕ ਹੈ ਨਾ ਤੇ ਇਹਦੇ ਆਪਣੇ ਚੱਲ ਬਣ ਕੇ ਟੈਸਟ ਇੱਕ ਸਬਜੈਕਟ ਆਪਣਾ ਬਿਲਕੁਲ ਕਲੀਅਰ ਹੋ ਗਿਆ ਕਹਿਣਾ ਮਤਲਬ ਕਿ 4 ਤੋਂ 5 ਨੰਬਰਾਂ ਦਾ ਪੇਪਰ ਆਪਣਾ ਬੱਟਤੇ ਪਿਆ ਹੋਣੀ ਇਹਦੇ ਚੋ ਠੀਕ ਹੈ ਹਿਸਟਰੀ ਹਿਸਟਰੀ ਦੇ ਵਿੱਚੋਂ ਜੇ ਨਾਂ ਵਾਲਾ ਤਾਂ 2 ਤੋਂ 13 ਨੰਬਰਾਂ ਦਾ ਇਹਦੇ ਵਿੱਚੋਂ ਆਈ ਸਕਦਾ ਬਾਕੀ ਇਹ ਪਲੀਟੀ ਅੱਡ ਪਈ ਹੈ ਤੁਸੀਂ 4 ਨੰਬਰ ਤੇ ਮੰਨ ਕੇ ਚਲੋਗੇ 4 ਨੰਬਰਾਂ ਦਾ ਆਪਣੋ 2 1 2 ਬ੍ਰਿਸ਼ ਨਾਲ ਗਾਦੀ ਚੁੱਕ ਚੁੱਕ ਬਣ ਜਾਣਗੇ 1 2 ਇਹਦੇ ਚ ਬਣ ਜਾਣਗੇ ਜੀ ਬੇਗੀ ਪਤਾ ਕਿ ਸ਼ਪੀਰ ਕਿਉਂ ਗਿਆ ਜਾਂਦਾ ਹੈ ਕਾਲੀਦਾਸ ਦੇ 9 ਰਚਨਾਵਾਂ ਵਿੱਚ ਇੱਕ ਕੌਣ ਸੀ ਜਾਂ ਕਿਸ ਰਚਨਾ ਬੁੱਸਰਦੇ ਪੁੱਛਣਗੇ ਦੇ ਵਿੱਚੋਂ ਹੀ ਠੀਕ ਹੈ ਜੀ ਤੇ ਥੋੜਾ ਜਿਹਾ ਮਹਿੰਤਕਾਰ ਦੀ ਕਿਉਂਕਿ ਬੱਚੋ ਜਿਹੜੀ ਮੈਟ ਹੈ ਨਾ ਮੈਰਿਟ ਜ਼ਿਆਦਾ ਜਾਊਗੀ ਦੋ ਚੀਜ਼ਾਂ ਹੈ ਬੱਚੋ ਅੱਧੇ ਬੱਚਿਆਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਗੱਲ ਦੇਖੋ ਪੀਪਲ ਦਾ ਚੱਕਰ ਚੱਲੀ ਜਾਂਦਾ ਪੀਟਰੀਪਲਸ ਬੋਰਡ ਅਤੇ TCS ਦਾ ਠੀਕ ਹੈ ਜੇ ਤਾਂ ਬੱਚੋ ਟ੍ਰਿਪਲਸ ਵੀ ਬੋਰਡ ਲੈਂਦਾ ਪੇਪਰ ਫਿਰ ਤਾਂ ਤੁਸੀਂ ਇਹ ਸਮਝ ਲਓ ਕਿ ਪੇਪਰ ਦਾ ਲੈਵਲ ਕਾਫੀ ਹੱਦ ਤੱਕ ਠੀਕ ਹੋਊਗਾ ਕਿ ਜਗਤ ਆਫ ਪੇਪਰ ਨਹੀਂ ਹੋਊਗਾ ਜੇ TCS ਪੇਪਰ ਪਾਉਂਦਾ ਬੱਚੋ ਫਿਰ ਤੁਸੀਂ ਇਹ ਸਮਝ ਲਓ ਕਿ ट्रिपल एस ਬੋਰਡ ਨਾਲੋਂ ਦੁੱਗਣਾ ਲੈਵਲ ਹੋ ਇਹਨਾਂ ਦਾ ਦਿਖਾਈ ਮੈਂ ਡਰਾ ਨਹੀਂ ਰਿਹਾ ਮੈਂ ਸਿਰਫ ਤੁਹਾਨੂੰ ਸਚਾਈ ਨਾਲ ਵਾਕਫ ਕਰਾ ਰਿਹਾ ਜੇ TCS ਪੇਪਰ ਲੈਂਦਾ ਤਾਂ ਆਪਣੇ ਬਾਅਦ ਤੇ ਥੋੜੀ ਜੀ ਟੈਨਸ਼ਨ ਨਿਕਲੀ ਹੈ ਕਿ ਆਪ ਨੂੰ ਮਿਹਨਤ ਵੀ ਥੋੜੀ ਜੀ ਦੁੱਗਣੀ ਕਰਨੀ ਪਊਗੀ ਕਿਉਂਕਿ ਇਹ ਜਾਂ TCS ਆ ਇਹ ਲੈਂਦਾ ਸਾਰੇ ਆਪਣੇ ਆਨਲਾਈਨ ਪੇਪਰ ਜਿਵੇਂ ਬੈਂਕ ਦੇ ਹੋਗੇ ਅ ਰੀਅਲ ਅਵੇਲੇਜ ਵਿੱਚ 2-3 ਕਰੋੜ ਫਾਰਮ ਪਰ ਹੈ ਸ ਲੋਕਾਂ ਦੇ 2.2 ਕਰੋੜ ਰਿਅਲ ਅਵੇਲੇਜ ਕੈਂਡੀਡੇਟ ਸੀ ਉਹਨਾਂ ਦਾ ਕਹਿੰਦਾ ਮੈਂ ਜਿਹੜੇ TCS ਪੇਪਰ ਲੈਂਦਾ TCS ਪੇਪਰ ਲੈਂਦਾ ਕਾਰਨ ਇਹ ਤਾਂ ਇਹ ਹੈਗਾ ਕਿ ਜਿਹੜੀ ਆਪਣੀਆਂ ਸਰਕਾਰਾਂ ਨੇ ਥੋੜਾ ਜਿਹਾ ਇਹ ਵੱਡੀਆਂ ਕੰਪਨੀਆਂ ਦਾ ਸਾਥ ਸੇ ਜ਼ਿਆਦਾ ਦਿੰਦੀਆਂ ਦੂਸਰੀ ਗੱਲ ਇਹ ਜੇ ਆਪਾਂ ਦੇਖੀ ਜੇ ਟ੍ਰਿਪਲ ਐਸ ਬੋਰਡ ਆ ਇਹ ਏਡੇ ਵੱਡੇ ਪੱਧਰ ਤੇ ਬੋਰਡ ਨਹੀਂ ਹੈਗਾ ਬਾਹਲੇ ਵੱਡੇ ਪੱਧਰ ਤੇ ਨਹੀਂ ਹੈਗਾ ਇਹ ਬੋਰਡ ਇਹਦੇ ਕੋਲ ਨਾ ਜਿਹੜਾ ਸਟਾਫ ਆ ਬੱਚਿਓ ਉਹ ਲਿਮਟਿਡ ਹੀ ਹੈਗਾ ਸਟਾਫ ਲਿਮਟਿਡ ਹੀ ਹੈ ਨਾ ਕੋਲ ਕੋਈ ਜ਼ਬਰਦਸਤ ਵੱਡਾ ਸਟਾਫ ਨਹੀਂ ਹੈਗਾ ਜਿਵੇਂ ਹੁਣ ਪਟਵਾਰੀਆਂ ਦੀ ਪਗੈਸੀ ਆਇਆ ਸੀ ਪਟਵਾਰੀਆਂ ਦੇ ਵਿੱਚ ਸਾਰਾ ਕੁਝ ਪਹਿਲੇ ਇਹਨਾਂ ਨੇ ਕੀਤਾ ਸੀ ਪੀਟ੍ਰੀਪਲੱਸ ਬੋਰਡ ਨੇ ਪਰ ਬਾਅਦ ਵਿੱਚ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਨੀਟਰ ਨੂੰ ਦੇ ਦਿੱਤੀ ਨੀਟਰ ਕਿੱਥੋਂ ਦੀ ਹੈ ਚੰਡੀਗੜ੍ਹ ਦੀ ਕੰਪਨੀ ਹੈ ਫਿਰ ਉਹ ਪੇਪਰ ਲੂਗੀ ਨੀਟਰ ਦਾ ਪੇਪਰ ਵੀ ਥੋੜਾ ਜਿਹਾ ਔਖਾ ਹੁੰਦਾ ਹੈਗਾ ਠੀਕ ਹੈ ਤੇ ਉਹੀ ਚੱਕੜ ਇਹ ਨਾਲ ਆ ਬੱਚੋ ਪੀਟ੍ਰੀਪਲੱਸ ਵੀ ਦਾ ਜੇ TCS ਪੇਪਰ ਪਉਦਾ ਤਾਂ ਕਹਿੰਦਾ ਮਤਲਬ ਕਿ ਆਪਾਂ ਨੂੰ TCS ਨਾਲ ਪਿਛਲੇ ਪੇਪਰਾਂ ਚੋਂ ਜ਼ਿਆਦਾ ਪੇਪਰ ਪਉਦਾ ਪ੍ਰਾਚੀਨ ਹਿਸਟਰੀ ਤੋਂ ਜ਼ਿਆਦਾ ਪ੍ਰੈਸ਼ਨ TCS ਪਉਂਦਾ ਹੈਗਾ ਇਹਦੇ ਜੇ ਦੋ ਮਾਰਜਿਨ ਜ਼ਿਆਦਾ ਹੁੰਦੇ ਆ ਕਰੰਟ ਤੇ ਨਹੀਂ ਪ੍ਰੈਕਟਿਸ ਇਸ ਸਾਡੇ 2011 ਦੇ ਕਰੰਟ ਅਫੇਅਰ ਪਾ ਦੇਣਾ 2020 ਦੇ ਕਰੰਟ ਅਫੇਅਰ ਪਾ ਦੇਣਾ ਇਹ ਤਾਂ ਮੈਨੂੰ ਤਸੱਲੀ ਘੱਟ ਹੈ ਜੀ ਪਿਛਲੀ ਵਾਰ ਰੇਲਵੇ ਦੇ ਪੇਪਰ ਦੇ ਵਿੱਚ ਨੇ 2016 ਦੇ ਕਰੰਟ ਅਫੇਅਰ ਪੁੱਛਲੇ ਸੀ ਠੀਕ ਹੈ ਜੀ ਤੇ ਤਾਂ ਕਰਕੇ ਕਿ ਤੁਹਾਨੂੰ ਥੋੜੀ ਮਿਹਨਤ ਇਸ ਹੱਬ ਤੇ ਚਲੂਗੀ ਆਪਣਾ ਪੇਪਰ TCS ਲੈ ਲੈਣਾ ਇਸ ਹੱਬ ਤੇ ਆਪਾਂ ਮਿਹਨਤ ਕਰੋ ਠੀਕ ਹੈ ਤੀਜਾ ਵਾ TCS ਦੇ ਲੈਵਲ ਦੀ ਤਿਆਰੀ ਕਰਾਂਗੇ ਫਿਰ ਹੀ ਜਾ ਕੇ ਬਟ੍ਰੀਪਸ ਬੋਰਡ ਦੇ ਵਿੱਚ ਕੁਝ ਕਰਾਂਗੇ ਆਪਾਂ ਓਕੇ ਜੀ ਤੇ ਤਾਂ ਬਦ ਮੇਜ਼ਾਸ ਤੋਂ ਜਉਂਦੇ ਬਦੇ ਲੋ ਤੇ ਤਿਆਰੀ ਫੁੱਲ ਕਰੀ ਚੱਲੋ ਆਪਣੀ ਕੱਲ ਨੂੰ ਆਪਾਂ ਸੋਮਵਾਰ ਤੱਕ ਨਿਵੇੜ ਦੇਣਾ ਕਾਲੀ ਨਾ ਕਰੋ ਯਾਰ ਆਪਾਂ ਚੀਜ਼ ਬੱੱਚੋ ਜਿਹੜੀ ਕਰਕੇ ਜਿਹੜੀ ਪੱਕੀ ਕਰਕੇ ਜਾਣੀ ਆ ਪੱਕੀ ਜਿਵੇਂ ਤੁਹਾਨੂੰ ਪਹਿਲਾਂ ਦੱਸਦਾ ਕਿ ਨੀਂਹ ਪੱਥਰ ਜਿੰਨਾ ਜਿੰਨਾ ਮਜ਼ਬੂਤ ਹੋਊਗਾ ਤਾਂ ਮਕਾਨ ਦੀ ਵੈਲਿਡਿਟੀ ਉਨੀ ਜ਼ਿਆਦਾ ਹੁੰਦੀ ਆ ਜੇ ਨੀਂਹ ਆਪਾਂ ਖਾਲੀ ਰੱਖ ਲਈ ਨਾ ਮਾੜੀ ਮਕਾਨ ਛੇਤੀ ਡਿੱਗ ਪੈਂਦਾ ਹੁੰਦਾ ਚਾਹੇ ਥੋੜਾ ਕਰ ਲਓ ਦੇਖੋ ਦੋ ਚੀਜ਼ਾਂ ਹੁੰਦੇ ਆ ਇੱਕ ਤਾਂ ਆਪਾਂ ਇੰਨਾ ਕਰ ਲੰਨੇ ਆ ਠੀਕ ਹੈ ਕਿਸੇ ਵੰਦੇ ਨਾਲ ਆਪਣੀ ਮਿੱਟੀ ਪਾਉਣ ਨੂੰ ਕਹਤਾ ਆ ਪਲਾਂਟ ਹੈ ਜੀ ਮਿੱਟੀ ਪਾਉਣ ਨੂੰ ਕਹਤਾ ਐਡੇ ਬਨੇ ਪਲਾਂਟ ਚ ਆਪਾਂ ਮਿੱਟੀ ਪਾ ਲਾਂਗੇ ਥੋੜੀ ਜਿਹੀ ਇੱਥੇ ਪਾਵਾਂਗੇ ਥੋੜੀ ਜਿਹੀ ਇੱਥੇ ਪਾਦੀ ਥੋੜੀ ਜਿਹੀ ਇੱਥੇ ਪਾਦੀ ਥੋੜੀ ਜਿਹੀ ਇੱਥੇ ਪਾਦੀ ਥੋੜੀ ਜਿਹੀ ਇੱਥੇ ਪਾਤੀ ਕੰਮ ਤਾਂ ਨਹੀਂ ਨਿਪਰਦਾ ਆਪਣਾ ਜੇ ਆਪਾਂ ਐਂ ਕਰੀ ਜਿਵੇਂ ਇੰਨੇ ਇਰੀਆ ਲੈ ਲਏ ਪਹਿਲਾਂ ਉਹ ਮਿੱਟੀ ਨਾਲ ਭਰ ਦਗੇ ਫਿਰ ਦੂਸਰਾ ਇਰੀਆ ਲੈ ਲੀ ਉਹ ਮਿੱਟੀ ਨਾਲ ਭਰ ਦਗੇ ਹੌਲੀ ਹੌਲੀ ਕੰਮ ਕਰੀਏ ਜੇ ਆਪਾਂ ਪੱਕਾ ਕਰ ਕਰਕੇ ਫਿਰ ਆਪਾਂ ਪਿੱਛੇ ਔੜਨ ਦੀ ਗੈਸ ਨਹੀਂ ਹੁੰਦੀ ਜੇ ਆਪਾਂ ਥੋੜਾ ਥੋੜਾ ਧੰਨਵਾਦ ਮੈਂ ਦੋਸਤੋ ਜਉਂਦੇ ਬਾਦ ਦੇ ਰੋ ਤੇ ਕੱਲ ਨੂੰ ਆਪਾਂ ਸਿਮਖੋਲਾ ਨੇ ਗੱਲਾਂ ਵੀ ਕਰਾਂਗੇ ਕਿਉਂਕਿ ਹੁਣ ਬਿਲਕੁਲ ਫ੍ਰੀ ਹੈਗਾ ਤੇ ਕੱਲ ਨੂੰ ਸੱਚੇ ਬੱਚੇ ਨਾਲ ਹੋਰ ਕੱਲ ਨੂੰ ਪਟਵਾਰੀ ਦੀ ਕਲਾਸ ਵੀ ਲੱਗਣ ਜਾ ਰਹੀ ਹੈ ਐਗਰੀਕਲਚਰ ਦੀ ਜਿਹੜੇ ਬੱਚਿਆਂ ਦੇ ਪਟਵਾਰੀ ਦਾ ਪੇਪਰ ਪਰ ਹੈਗਾ ਤੋ ਐਗਰੀਕਲਚਰ ਦੀ ਕਲਾਸ ਲਾ ਲਿਓ ਟਾਈਮ ਟੇਬਲ ਮੈਂ ਤੁਹਾਨੂੰ ਬਸ ਕੱਲ ਨੂੰ ਬਣਾ ਕੇ ਸੈਂਡ ਕਰ ਦੂ ਕਿਉਂਕਿ ਇਹਦੇ ਤੇ ਐਗਰੀਕਲਚਰ ਮੈਂ ਐਡ ਕਰੀ ਹੈ ਨਾ ਤਾਂ ਕਰਕੇ ਥੋੜਾ ਵੀ ਦੂਲੇ ਵਿੱਚ ਸਦਾਰ ਕਰਨਾ ਪਊਗਾ ਧੰਨਵਾਦ ਮੈਂ ਦੋਸਤੋ ਜਉਂਦੇ ਬਾਦ ਦੇ ਰੋ